ਮਾਰ ਕੇ ਤੱਕ ਆਇਆ ਤੇ ਸਾਡੇ ਡੇਰੇ ਅੱਜ ਵਿਹਨੇ ਜਾ ਕੇ ਵੀ ਇਹਨਾਂ ਨੇ ਨਰਮਾ ਕਿੰਨਾ ਕਾਸ਼ ਕੀਤਾ ਆ। ਤੁਸੀਂ ਸੂਰਜ ਦੇਖੋ ਰੂਪ ਹੁੰਦਾ ਕਾਸ਼ ਕੀਤੀ ਕਿਹੜਾ ਕਿਹੜਾ ਬੀ ਪਾਇਆ ਤੁਸੀਂ ਇਹਦੇ ਵਿੱਚ। ਬਾਈ ਜੀ ਆਪਾਂ ਲੂਸਣ ਦੇ ਟੱਕ ਵਿੱਚ ਪਹੁੰਚ ਗਏ ਹਾਂ। ਚੱਲ ਸ਼ੁਰੂ ਚੱਲ। ਅਸਲਾਮ ਵਾਲੇਕੁਮ ਬਾਈ ਜੀ, ਕੀ ਹਾਲ ਆ? ਬਾਈ ਜੀ ਅਸੀਂ ਜਾ ਕੇ ਸੀ ਆਪਣੇ ਮਸੇਰ ਵੱਲ ਅਤੇ ਮਸੇਰ ਦਾ ਜਿਹੜਾ ਮੁੰਡਾ ਹੈ ਨਾ ਸਾਡਾ ਭਤੀਜਾ, ਆ ਪਿੱਛੇ ਮਦਰ ਸਿਆਨ ਬੈਠਾ ਆ। ਅਸੀਂ ਜਾ ਰਹੇ ਹਾਂ ਜਨਾਬ ਅੱਜ ਇਹਨਾਂ ਦਾ ਨਰਮਾ ਦੇਖਣ ਵੀ ਬਾਹਰ ਕਿੱਦਾਂ ਗਿਆ। ਅਤੇ ਸਾਡੇ ਨਾਲ ਰਸੇ ਸਾਨੂੰ ਜਨਾਬ ਅੱਜ ਨਾ ਸਾਡਾ ਇੱਕ ਦੋਸਤ ਜਿਹੜਾ ਕਿ ਸਾਡਾ ਚੱਕਦਾ ਆ ਅਤੇ ਇਹ ਭਾਈ ਜਾਨ ਇੱਧਰ ਦੇਖੋ, ਇੱਧਰ ਦੇਖੋ ਤੇਰਾ ਇਹ ਜਨਾਬ ਬੋਲ ਨਹੀਂ ਸਕਦੇ ਅਤੇ ਇਹ ਸਾਡੇ ਨਾਲ ਨੇ ਅੱਜ ਅਸੀਂ ਕਿ ਚਲੋ ਭਾਈ ਉਹਨਾਂ ਦਾ ਵੀ ਨਾਲ ਬਣਾ ਲਈਏ। ਤੁਸੀਂ ਸੂਰਜ ਦੇਖੋ ਰੂਪ ਹੁੰਦਾ ਢਲਦਾ ਪਿਆ ਅਤੇ ਮਿੱਠੀ ਠੰਡੀ ਰੁੱਤ ਜਨਾਬ, ਬਿਲਕੁਲ ਮਿੱਠੀ ਮਿੱਠੀ ਹਵਾ ਚੱਲਦੀ ਪਈ, ਠੰਡੀ ਠੰਡੀ ਹਵਾ ਚੱਲਦੀ ਪਈ ਆ। ਅਤੇ ਅਸੀਂ ਜਾ ਰਹੇ ਜਨਾਬ ਆ ਦੇਖੋ ਪਲੰਟਰ ਹੋਇਆ ਜਨਾਬ, ਐਂ ਜਨਾਬ ਜ਼ਿਮੀਦਾਰ ਆ ਮੇਰੇ ਵੀਰ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਨਾ ਉਹ ਕੁਛ ਦਿਨ ਕਿਸੇ ਜ਼ਿਮੀਦਾਰ ਨੂੰ ਗੁਜ਼ਾਰ ਕੇ ਦੇਖਣ ਵੀ ਕਿਵੇਂ ਮੁਸ਼ਕਲ ਗੁਜ਼ਰਦੇ ਨੇ। ਜਨਾਬ ਤੁਸੀਂ ਦੇਖੋ ਜਨਾਬ, ਲਓ ਬਾਈ ਜੀ ਅਸੀਂ ਬਾਈ 'ਤੇ ਪਹੁੰਚ ਗਏ ਡੇਰੇ ਅਤੇ ਬਾਈ ਦੀ ਰਖਵਾਲੀ ਵਾਲਾ ਜਨਾਬ ਜੋਸ਼ੀਲਾ ਜਿਹੜਾ ਜਨਾਬ ਜਵਾਨ ਆ ਦੇਖੋ ਫਿਰਦਾ ਪਿਆ। ਆਹ ਬਾਈ ਜੀ ਹੁਣ ਡੇਰੇ ਪਹੁੰਚੇ ਹਾਂ ਅਤੇ ਇਹ ਸਾਡੇ ਨਾਲ ਨੇ ਮਜ਼ਹਰ ਵੀਰ ਸਾਹਿਬ। ਕਮਾਦ ਵੀ ਦਿਖਾਉਂਦੇ ਆ ਬਾਈ, ਉਹਨਾਂ ਨੇ ਕਮਾਦ ਵੀ ਲਾਇਆ ਤੇ ਪਾਣੀ ਦੀ ਕਮੀ ਤੋਂ ਵਜ੍ਹਾ ਤੋਂ ਪਹਿਲਾਂ ਇੱਥੇ ਬੜਾ ਕਮਾਦ ਹੁੰਦਾ ਸੀ ਤੇ ਪਾਣੀ ਦੀ ਕਮੀ ਦੀ ਵਜ੍ਹਾ ਤੋਂ ਨਾ ਕਮਾਦ ਲੋਕ ਲਾਉਣਾ ਛੱਡ ਗਏ ਨੇ ਅਤੇ ਆ ਬਾਈ ਹੁਣਾਂ ਨੇ ਇੱਕ ਨਾਲ ਕਮਾਦ ਦੀ ਵੀ ਲਾਈ ਹੋਈ ਗੰਨੇ ਦੀ ਅਤੇ ਜਿਹੜਾ ਸ਼ਹਿਰਾਂ ਦੇ ਵਿੱਚ ਅਸੀਂ ਰਸ ਪੀਂਦੇ ਨਾ ਲੋਕ, ਇਸ ਗੰਨੇ ਨੂੰ ਤਿਆਰ ਹੁੰਦਾ ਆ ਇਹਨੂੰ ਸਾਲ ਲੱਗਦਾ ਉਸ ਗੰਨੇ ਨੂੰ ਤਿਆਰ ਹੁੰਦੇ ਆ ਅਤੇ ਇਹ ਬਾਈ ਜੀ ਹੁਣਾਂ ਨੇ ਲਾਇਆ ਹੋਇਆ। ਅੱਗੇ ਬਾਈ ਜੀ ਹੁਣਾਂ ਦਾ ਪਲੰਟਰ ਹੋਇਆ, ਪਲੰਟਰ ਹੋਇਆ ਨਰਮਾ ਵੇਹਦੇ ਆਪਾਂ ਇਹਨਾਂ ਦਾ। ਅੱਛਾ ਬਾਈ ਜੀ ਆਹ ਪਲੰਟਰ ਕਰਵਾਇਆ ਹੋਇਆ? ਅੱਛਾ ਜੀ ਦੇਖੋ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਹੋ ਕੇ ਜਨਾਬ। ਹਾਂਜੀ ਬਾਈ ਜੀ ਆਹ ਦੇਖੋ ਜਨਾਬ ਕੇ ਨਰਮਾ ਬਾਹਰ ਜਿਹੜਾ ਨਾ ਜ਼ਮੀਨ ਤੋਂ ਬਾਹਰ ਆ ਰਿਹਾ ਆ। ਇਹਦਾ ਕਈ ਕੁਛ ਬਣਦਾ, ਕੱਪੜੇ ਬਣਦੇ ਕਈ ਕੀ ਕਦੀ। ਹਾਂਜੀ ਬਾਈ ਜੀ ਇਹ ਸ਼ਹਿਰ ਵਾਲੇ ਜਿਹੜੇ ਮੌਜਾ ਕਰਦੇ ਨੇ ਜ਼ਿਮੀਦਾਰ ਦੇ ਸਿਰ ਤੇ ਹੀ ਆ। ਉਹਦਾ ਜ਼ਿਮੀਦਾਰ ਬਾਰੇ ਜੀ ਆਪਣਾ ਕਿਹੜੀ ਕਿਹੜੀ ਫਸਲ ਕਾਸ਼ ਕੀਤੀ, ਕਿਹੜਾ ਕਿਹੜਾ ਬੀਜ ਪਾਇਆ ਤੁਸੀਂ ਇਹਦੇ ਵਿੱਚ? ਬੀਜ ਆਪਾਂ ਇਹਦੇ ਵਿੱਚ ਪਾਇਆ ਜੀ। ਲਓ ਜੱਗੇ ਬਾਈ ਜੀ ਉਹਨਾਂ ਨੇ ਲੂਸਣ ਬੀਜੀ ਆਪਣਾ ਅਤੇ ਬਾਈ ਹੁਣੀ ਇੱਥੋਂ ਲਿਆਉਂਦੇ ਪੱਠੇ ਅਤੇ ਪਾਉਂਦੇ ਨੇ ਮੱਝਾਂ ਨੂੰ। ਆਹ ਲੂਸਣ ਆਪਣਾ? ਇਹ ਲੂਸਣ ਆਪਣਾ ਬਾਈ ਜੀ। ਅੱਛਾ ਅਸੀਂ ਪਹੁੰਚ ਚੁੱਕੇ ਹਾਂ ਜਨਾਬ ਬਾਈ ਹੁਣਾਂ ਦੇ ਲੂਸਣ ਦੇ ਵਿੱਚ। ਬਾਈ ਜੀ ਆਪਾਂ ਲੂਸਣ ਦੇ ਟੱਕ ਵਿੱਚ ਪਹੁੰਚ ਗਏ ਹਾਂ ਅਤੇ ਬਾਈ ਉਹਨਾਂ ਨੂੰ ਪੁੱਛਦੇ ਹਾਂ ਵੀ ਆਹ ਜਿਹੜੇ ਕਪਾਹ ਦੀਆਂ ਛਿੱਟੀਆਂ ਆ ਇਹ ਕਿਉਂ ਲੂਸਣ ਦੇ ਅੱਗੇ ਲਾਈਆਂ ਹੋਈਆਂ? ਬਾਈ ਜੀ ਇਹ ਕਿਉਂ ਲਾਈਆਂ ਹੋਈਆਂ? ਬਾਈ ਜੀ ਇਸ ਵਾਸਤੇ ਲਾਈਆਂ ਵਾ ਕਿ ਜਦੋਂ ਪੱਠੇ ਵੱਢਦੇ ਆ ਨਾ, ਹਾਂ ਕਈ ਤਾਂ ਹੈਗਾ ਦਾਤੀਆਂ ਜਿਹੜੇ ਵੱਢਦੇ ਆ ਉਹ ਟੱਕ ਲਾ ਦਿੰਦੇ ਆ। ਅੱਛਾ ਟੱਕ ਨਾਲ ਸੂਤ ਨਹੀਂ ਹੁੰਦਾ। ਅੱਛਾ
ਤੇ ਕਿਸੇ ਟਾਈਮ ਏਦਾਂ ਹੁੰਦੀ ਆ ਕਿ ਪੱਠੇ ਵੱਢ ਕੇ ਮੁੜ ਕੇ ਆ ਜਿਹੜੀਆਂ ਛਿੱਟੀਆਂ ਲਾਈਏ ਨਾ ਟੱਕ ਲਾ ਇਹਨੂੰ ਟੱਕ ਕਹਿੰਦੇ ਆ। ਅੱਛਾ ਟੱਕ ਨਿਸ਼ਾਨੀ ਹੁੰਦੀ ਆ। ਅੱਛਾ ਬਾਅਦ ਚੋਂ ਕਹਿੰਦੇ ਲੋਕ ਨਾ ਪੱਠੇ ਵੱਢ ਕੇ ਲੈ ਜਾਂਦੇ ਆ। ਪੱਠੇ ਵੱਢ ਕੇ ਲੈ ਜਾਂਦੇ ਫਿਰ ਪਤਾ ਨਹੀਂ ਲੱਗਦਾ, ਉਹ ਵੱਢਦੇ ਇਸ ਤਰ੍ਹਾਂ ਆਪਣੀ ਟੈਕਨੀਕ ਨਾਲ ਸਿੱਧੇ ਕਰਦੇ ਟੱਕ, ਫਿਰ ਪਤਾ ਨਹੀਂ ਲੱਗਦਾ ਕਿੰਨੇ ਵੱਡੇ ਕਿੰਨੇ ਨਹੀਂ ਵੱਡੇ। ਅੱਛਾ ਤੇ ਬਾਈ ਜੀ ਜੇ ਵੱਢ ਕੇ ਤੇ ਉਹ ਛਿੱਟੀਆਂ ਚੱਕ ਕੇ ਅੱਗੇ ਰੱਖ ਦੇਣ, ਆ ਚੱਕ ਕੇ ਮਿਸਾਲ ਦਿਓ ਤੇ ਇੱਥੋਂ ਵੱਢ ਕੇ ਅੱਗੋਂ ਆ ਦੋ ਕਰਮ ਅੱਗੇ ਵੱਢ ਲੈਣ ਇੱਥੋਂ ਤੇ ਫਿਰ ਚੱਕ ਕੇ ਆ ਉੱਥੇ ਰੱਖ ਦੇਣ। ਨਿਸ਼ਾਨੀ ਲਾਈ ਹੋਈ ਆ। ਲੋ ਜੀ ਬਾਈ ਜੀ ਹੁਣੀ ਦੱਸਦੇ ਆ ਵੀ ਆ ਛਿੱਟੀਆਂ ਤਦ ਰੱਖੀ ਦੀਆਂ ਵੀ ਕੋਈ ਪੱਠੇ ਚੋਰੀ ਨਾ ਵੱਡੇ। ਫਿਰ ਕਮਾਦ ਲਾਇਆ ਹੋਇਆ ਜਨਾਬ। ਪਿੰਡ ਦੇ ਵਿੱਚ ਜਨਾਬ ਦਰਖਤ ਲੱਗੇ ਹੁੰਦੇ ਨੇ, ਸ਼ਹਿਰਾਂ ਦੀ ਨਿਸਬਤ ਜ਼ਿਆਦਾ ਹੁੰਦੇ ਨੇ ਅਤੇ ਇਹਨਾਂ ਦੀ ਆਕਸੀਜਨ ਦੇ ਨਾਲ ਜਿਹੜੇ ਨੇ ਪਿੰਡ ਦੇ ਲੋਕ ਬੜੇ ਤੰਦਰੁਸਤ ਰਹਿੰਦੇ ਨੇ। ਅਤੇ ਅਸੀਂ ਅੱਜ ਬਾਈ ਹੁਣਾਂ ਦੇ ਨਾਲ ਜਨਾਬ ਜਾ ਰਹੇ। ਅੱਛਾ ਬਾਈ ਜੀ ਆਹ ਪਾਲਕ ਦਾ ਬੂਟਾ ਇਹ ਵੱਡਾ ਹੋ ਗਿਆ, ਸਰਦੀਆਂ ਨੂੰ ਖਾਈ ਜਾਂਦੀ ਨਾ। ਅੱਛਾ ਵੱਡਾ ਹੋ ਗਿਆ ਵਾ, ਹਾਂਜੀ ਉੱਤੇ ਹੁਣ ਆਹ ਬੀਜ ਬਣਦੇ ਆ। ਅੱਛਾ ਯਾਨੀ ਕਿ ਇਹ ਬੀਜ ਪੱਕ ਜਾਏਗਾ ਫਿਰ ਤੋੜ ਕੇ ਰੱਖ ਲਾਂਗੇ ਅਗਲੀ ਵਾਰੀ ਫਿਰ ਬੀਜੀ ਜਾਏਗੀ। ਹਾਂ ਸਹੀ ਹੋ ਗਿਆ ਬਾਈ ਜੀ। ਇੱਥੋਂ ਸਬਜ਼ੀ ਲਾਈ ਸੀਗੀ। ਲਓ ਬਾਈ ਜੀ ਆਹ ਦੇਖੋ ਇਹ ਜਨਾਬ ਪਾਣੀ ਇੱਥੋਂ ਆਉਂਦਾ ਪੱਕ ਵੱਡੇ ਖਾਲੇ ਜਾਂ ਫਿਰ ਛੋਟੇ ਖਾਲੇ ਤੇ ਆਉਂਦਾ। ਲਓ ਬਾਈ ਜੀ ਅਸੀਂ ਮਾਰਨ ਲੱਗੇ ਹਾਂ ਛਾਲ, ਹੋ ਗਏ ਜਨਾਬ। ਆਹ ਲਓ ਜੀ ਬਾਈ ਦੇ ਪਿੱਛੇ ਪਿੱਛੇ ਅਸੀਂ ਹਾਂ ਅਤੇ ਬਾਈ ਜੀ ਹੁਣੀ ਅੱਗੇ ਅੱਗੇ। ਬਾਈ ਜੀ ਅੰਬ ਕਿੱਥੇ ਤੁਹਾਡਾ? ਮੈਂ ਨਾ ਬਾਈ ਜੀ ਲਾਹੌਰ ਜਿੰਨਾ ਸਫ਼ਰ ਤੁਸੀਂ ਕਰਾ ਚੱਲੇ ਹਾਂ। ਲਓ ਬਾਈ ਜੀ ਦੇਖੋ ਸੁੱਕੀ ਜ਼ਮੀਨ, ਪਾਣੀ ਦੀ ਕਮੀ ਦੀ ਵਜ੍ਹਾ ਤੋਂ ਇਹਨਾਂ ਜ਼ਮੀਨਾਂ ਦੇ ਵਿੱਚ ਜਾਨ ਨਹੀਂ ਹੈਗੀ। ਜੇਕਰ ਪਾਣੀ ਇਹਨਾਂ ਨੂੰ ਵਾਰਾਬੰਦੀ ਦੇ ਨਾਲ ਨਾ ਮਿਲੇ ਅਤੇ ਪਾਣੀ ਖੁੱਲ੍ਹਾ ਲੱਭੇ ਤਾਂ ਇਹੀ ਜ਼ਮੀਨਾਂ ਡਬਲ ਫਸਲ ਦੇਣ ਇਹਨਾਂ ਨੂੰ ਅਤੇ ਗੌਰਮੈਂਟ ਨੂੰ ਵੀ ਫਾਇਦਾ ਆਇਆ। ਇਹ ਜਨਾਬ ਪੱਕਾ ਖਾਲਾ, ਇਹ ਸਿਰਾਬ ਕਰਦਾ ਜਨਾਬ ਬਹੁਤ ਜ਼ਿਆਦਾ ਰਕਬੇ ਨੂੰ। ਇਹ ਮੈਂਡਰ ਆ ਜਨਾਬ ਨਹਿਰ 'ਚੋਂ ਵੱਡਾ ਮੌਂਗਾ, ਇਹਦੇ ਵਿੱਚੋਂ ਕਈ ਪਾਸੇ ਜਾਂਦਾ ਜਨਾਬ। ਇਹ ਕਮ ਅਜ਼ ਕਮ ਜਨਾਬ ਇਹ ਮਿੰਟ ਜਿਹੜਾ ਨਾ 15-20 ਕਿਲੋਮੀਟਰ ਲੰਬਾ ਜਨਾਬ। ਇਹ ਸਾਡੇ ਬਾਈ ਜੀ ਪਾਣੀ ਲਾ ਕੇ ਆ ਰਹੇ ਜਨਾਬ। ਇਹ ਦੇਖੋ ਬਾਈ ਜੀ, ਬਾਈ ਜੀ ਉਹਨਾਂ ਟਿਊਬਵੈਲ ਵੀ ਲਾਇਆ ਹੋਇਆ ਜੀ। ਇਹ ਬਾਈ ਜੀ ਉਹਨਾਂ ਦਾ ਟਿਊਬਵੈਲ ਆ, ਇਹ ਦੇਖੋ ਜੀ ਛਾਪਰ ਲਾ ਕੇ ਬਾਈ ਹੁਣਾਂ ਟਿਊਬਵੈਲ ਲਾਇਆ। ਇਹ ਚੱਸ ਹੁੰਦੀ ਬਾਈ ਜੀ ਆਪਣਾ ਜ਼ਿਮੀਦਾਰਾਂ ਦੀ ਅਤੇ ਪਿੰਡ ਦੇ ਲੋਕਾਂ ਦੀ। ਆਹ ਦੇਖੋ ਬਾਈ ਜੀ ਉਹਨਾਂ ਨੇ ਪੈਟਰੋਲ ਵੀ ਫੜਿਆ ਹੋਇਆ ਅਤੇ ਨਾਲ ਕਈ ਰੱਖੀ ਹੋਈ ਬਾਈ ਜੀ ਹੁਣੀ। ਅਲਹਮਦੁਲਿਲਾ ਜਨਾਬ ਤੁਸੀਂ ਸੁਣਾਓ। ਇਹ ਜਨਾਬ ਬਾਈ ਜੀ ਹੁਣੀ ਪਾਣੀ ਲਾ ਕੇ ਆਏ ਜੀ? ਅੱਛਾ ਲਾਉਣਾ ਜੀ ਹਾਲੇ? ਅੱਛਾ ਟਿਊਬਵੈਲ ਚਲਾਉਣ ਲੱਗੇ ਤੁਸੀਂ ਅਤੇ ਨਹਿਰ ਦਾ ਪਾਣੀ ਕੋਈ ਨਹੀਂ ਬਾਈ ਜੀ? ਨਹਿਰ ਬੰਦ ਹੋ ਗਈ ਜੀ, ਇਹੀ ਮੁਸ਼ਕਿਲਾਂ ਸਾਡੀਆਂ। ਸਾਡੇ ਵੀਰ ਹੁਣ ਟਿਊਬਵੈਲ ਚਲਾਉਣਗੇ ਤੁਹਾਨੂੰ ਅਸੀਂ ਇਹ ਜਨਾਬ ਦੇਖੋ ਕਿਵੇਂ ਚਲਾਉਂਦੇ ਆ ਤੇਲ ਪਾ ਕੇ ਜਨਾਬ। ਲਓ ਜੀ ਬਾਈ ਜੀ ਹੁਣੀ ਚੱਲ ਗਏ ਨੇ ਟਿਊਬਵੈਲ ਵਾਲੇ ਖੱਡੇ 'ਚ। ਲਓ ਜੀ ਬਾਈ ਜੀ ਹੁਣਾਂ ਨੇ ਖੋਲਿਆ ਢੱਕਣ, ਲੱਗੇ ਨੇ ਜਨਾਬ ਦੇਸੀ ਕੁੱਪੀ ਦੇ ਨਾਲ ਜਗਾੜ ਕਰਕੇ, ਬੋਤਲ ਕੱਟੀ ਹੋਈ ਜਨਾਬ ਜਗਾੜ ਕੀਤਾ। ਇਹ ਪੈਟਰੋਲ ਲਿਆਂਦਾ ਜਨਾਬ ਇਹਨਾਂ ਨੇ। ਉਹ ਬਾਈ ਜੀ ਹੁਣੀ ਪੈਟਰੋਲ ਪਾ ਰਹੇ ਨੇ ਜਨਾਬ। ਇਹ ਛੋਟੀ ਟਿਊਬਲੀ ਲਾਈ ਬਾਈ ਜੀ, ਇਹ ਛੋਟੀ ਟਿਊਬਲੀ ਹੈ ਨਾ? ਤਾਂ ਦਿਨ ਵਹਿੰਦੇ ਆ ਜਨਾਬ ਅੱਜ ਆਪਣਾ ਲੀਟਰ ਖਾਂਦੀ ਆ, ਘੰਟੇ 'ਚ ਲੀਟਰ ਖਾਂਦੀ ਆ ਅਤੇ ਪਾਣੀ ਕਿੰਨਾ ਕੱਢਦੀ ਆ? ਪਾਣੀ
4 ਇੰਚ 3 ਇੰਚ ਨਾਲ ਹੁੰਦੀ ਥੱਲੇ ਇਹ ਬੋਰ ਵੱਡਾ ਹੈ ਉੱਤੇ ਪੀਟਰੀ ਰੱਖ ਲਈ ਆ ਪਹਿਲਾਂ ਬੋਰ ਸੀਗਾ ਇਹ ਅੱਛਾ ਆ ਬਾਈ ਜੁਣੀ ਤੇਲ ਪਾ ਰਿਹਾ ਜਨਾਬ ਲੋ ਜੀ ਬਾਈ ਜੀ ਹੁਣ ਤੇਲ ਲਿਆ ਪਾ ਆਪਣੇ ਹਿਸਾਬ ਦਾ ਬਾਕੀ ਬਚਾ ਲਿਆ ਬਾਈ ਹੁਣਾਂ ਨੇ 3 ਕੁ ਲੀਟਰ ਸੀ ਅੱਛਾ 3 ਲੀਟਰ ਬਾਈ ਹੁਣਾਂ ਨੇ ਤੇਲ ਪਾਇਆ ਜੀ ਵਿੱਚ ਵੀ ਸੀ ਪਹਿਲਾਂ ਅੱਛਾ ਰੱਸੀ ਫੜੀ ਜਨਾਬ ਉਧਰੋਂ ਰੇਸ ਦੇਤੀ ਲੋ ਜੀ ਬਾਈ ਜੀ ਹੁਣੀ ਕਰਨ ਲੱਗ ਪਏ ਜਨਾਬ ਚੋਕ ਚੂਕ ਸੈੱਟ ਉਹ ਖਿੱਚੀ ਬਾਈ ਜੀ ਉਹਨਾਂ ਨੇ ਜੀ ਚੋਕ ਜੀ ਹੋ ਗਈ ਸਟਾਰਟ ਜੀ ਆਓ ਤੁਹਾਨੂੰ ਅੱਗੇ ਦਿਖਾਉਂਦੇ ਜਨਾਬ ਪਾਣੀ ਜਾਂਦਾ ਜਨਾਬ ਹੈ ਜਨਾਬ ਪਾਣੀ ਆ ਦੇਖੋ ਬਾਈ ਜੀ ਪਾਣੀ ਆ ਰਿਹਾ ਬਾਈ ਜੀ ਮਾ ਵਿਊ ਚੈੱਕ ਕਰੋ ਇਹਦਾ ਪਾਣੀ ਦਾ ਛੋਟਾ ਜਿਹਾ ਟੂਬਲ ਜਨਾਬ ਛੋਟਾ ਜਿਹਾ ਇਹ ਵੱਡਾ ਟੂਬਲ ਨਹੀਂ ਜਨਾਬ ਇਹ ਛੋਟਾ ਆ ਅਤੇ ਪਾਣੀ ਚੈੱਕ ਕਰੋ ਜਨਾਬ ਇਹ ਜਨਾਬ ਆ ਬਾਈ ਜੀ ਹੁਣੀ ਪਾਣੀ ਲਾਉਣ ਲੱਗੇ ਨੇ ਨਹਿਰ ਬੰਦ ਆ ਜੀ ਪਾਣੀ ਬੜਾ ਕਰਦੀ ਹੈ ਥੱਲੇ ਬੋਰ ਵੱਡਾ ਉੱਤੇ ਛੋਟਾ ਕੀਤਾ ਹੋਇਆ ਪਹਿਲਾਂ ਟੂਬਲ ਸੀ ਇੱਥੇ ਲੱਗਾ ਸਹੀ ਜੀ ਟੂਬਲ ਅਗਲੇ ਪੱਟੇ ਲਗਾਇਆ ਆਓ ਜੀ ਬਾਈ ਜੀ ਲਓ ਜੀ ਬਾਈ ਜੀ ਤੁਹਾਡੀ ਟੂਬਲੀ ਹੋ ਗਈ ਬੰਦ ਇਹਨੂੰ ਕੀ ਰੌਲਾ ਬਣਾਇਆ ਜੀ ਚੈੱਕ ਕਰੋ ਜੀ ਇਹ ਜੀ ਬੰਦ ਹੋ ਗਿਆ ਦੁਬਾਰਾ ਜਨਾਬ ਬਾਈ ਹੁਣੀ ਦੁਬਾਰਾ ਸਟਾਰਟ ਕਰਨ ਲੱਗੇ ਆ ਆਹ ਵੇਖੋ ਜੀ ਬਾਈ ਜੀ ਹੁਣੀ ਸਲਾਹ ਮਾਰਦੇ ਇੱਧਰੋਂ ਪਾਣੀ ਦੇਖਿਆ ਜੇ ਲਓ ਜੀ ਲੱਗਦਾ ਕੋਈ ਮਸਲਾ ਬਣ ਗਿਆ ਟੂਬਲੀ ਨੂੰ ਬਾਈ ਜੀ ਹੁਣੀ ਲੱਗੇ ਆ ਹੁਣ ਆਪਣਾ ਫਨ ਦਾ ਮੁਜ਼ਾਹਰਾ ਕਰਨ ਮੈਂ ਨਾ ਬਾਈ ਜੀ ਸਾਡੇ ਆਉਣ ਨਾਲ ਨਹੀਂ ਬੰਦ ਹੋ ਗਏ ਆ ਜਿੰਨਾ ਤੀਕਰ ਬਾਈ ਜੀ ਹੁਣੀ ਇਹਦੀ ਸੈਟਿੰਗ ਕਰਦੇ ਅਸੀਂ ਜ਼ਰਾ ਅੱਗੋਂ ਚੱਕਰ ਮਾਰ ਕੇ ਆਉਂਦੇ ਹਾਂ ਆਏ ਜੱਟਾਂ ਦੇ ਹਥਿਆਰ ਆ ਜਨਾਬ ਕੌਵਾ ਪਾਣੀ ਪੀ ਰਿਹਾ ਜਨਾਬ ਇਹਨਾਂ ਦੀ ਪਰਿੰਦਿਆਂ ਦੀ ਬਦੌਲਤ ਜ਼ਿਮੀਦਾਰਾਂ ਨੂੰ ਬੜਾ ਮਿਲਦਾ ਜਨਾਬ ਹੈ ਹੀ ਮਜ਼ਾ ਪਿੱਛੇ ਕੋਇਲ ਦੀ ਮਿੱਠੀ ਮਿੱਠੀ ਕੂਕ ਕੋਇਲ ਬੋਲ ਰਹੀ ਆ ਤੇ ਕੋਇਲ ਨੂੰ ਸੁਣਦੇ ਆ ਕਿੱਥੇ ਬੈਠੀ ਆ ਲੋ ਜੀ ਆਹ ਟੁਬਲੀ ਦਾ ਪਾਣੀ ਇਧਰ ਨੂੰ ਆ ਰਿਹਾ ਜਨਾਬ ਜਾਮਣ ਦਾ ਦਰਖਤ ਹਾਂਜੀ ਪਾਣੀ ਇਧਰੋਂ ਇਧਰ ਜਾਏਗਾ ਜੀ ਬਾਈ ਜੀ ਹੁਣੀ ਪਾਣੀ ਲਾਉਣ ਲੱਗੇ ਨੇ
ਸਾਨੂੰ ਬਾਈ ਜੀ ਹੁਣਾਂ ਨੇ ਪਾਤਾ ਇੱਕ ਹੋਰ ਸੜ ਕੇ ਸਾਨੂੰ ਕਿਹਾ ਜੀ ਆਹ ਅੰਬ ਲੱਗ ਗਈ ਆ ਅੱਗੇ ਤੁਹਾਨੂੰ ਬੜੀ ਇੱਕ ਇੰਪੋਰਟੈਂਟ ਚੀਜ਼ ਦਿਖਾਉਂਦੇ ਹਾਂ ਵੀਡੀਓ ਇੰਟਰਸਟਿੰਗ ਆ ਦੇਖਣਾ ਜ਼ਰੂਰ ਆ ਆਪਣੇ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਡੀਓ ਅੱਛੀ ਬਣੀ ਆ ਨਹੀਂ ਅੱਛੀ ਲੱਗੀ ਉਹਦੇ ਬਾਰੇ ਕਮੈਂਟ ਕਰਕੇ ਦੱਸਿਆ ਕਰੋ ਤਾਂ ਕਿ ਵੀਡੀਓ ਨੂੰ ਅੱਛੇ ਤੋਂ ਅੱਛਾ ਕਰਨ ਦੀ ਕੋਸ਼ਿਸ਼ ਕਰੀਏ ਜਨਾਬ ਖਜੂਰ ਪਹਿਲਾਂ ਸਭ ਤੁਹਾਨੂੰ ਦਿਖਾਉਂਦੇ ਹਾਂ ਖਜੂਰ ਜਨਾਬ ਖਜੂਰਾਂ ਲੱਗੀਆਂ ਹੋਈਆਂ ਜਨਾਬ ਐ ਜਨਾਬ ਖਜੂਰਾਂ ਲੱਗੀਆਂ ਹੋਈਆਂ ਤਿਆਰ ਹੋਣੀਆਂ ਹਾਏ ਖਜੂਰਾਂ ਜਾਂਦੀਆਂ ਆ ਜਨਾਬ ਤੁਹਾਨੂੰ ਕੋਲ ਹੋ ਕੇ ਦਿਖਾਉਂਦੇ ਹਾਂ ਜਨਾਬ ਖਜੂਰਾਂ ਆਹ ਦੇਖੋ ਜਨਾਬ ਖਜੂਰ ਲੱਗੀ ਹੋਈ ਆ ਫਿਰ ਇਹ ਪੱਕਦੀਆਂ ਵੱਡੀਆਂ ਹੁੰਦੀਆਂ ਸਭ ਕੁਛ ਹੁੰਦਾ ਆਹ ਡੇਰੇ ਦਾ ਸਵਾਦ ਆਹ ਲੱਗਾ ਜੀ ਬੋਰਡ ਆਹ ਪਈ ਉਹਦੇ ਥੱਲੇ ਮੰਜੀ ਨਾਲ ਬੇਰੀ ਜਦੋਂ ਗਰਮੀ ਹੋਵੇ ਨਾ 12-1 ਦਾ ਟਾਈਮ ਜੂਨ ਜੁਲਾਈ ਦਾ ਮਹੀਨਾ ਹੋਵੇ ਤਾਂ ਫਿਰ ਡੇਰਿਆਂ 'ਚ ਬੜਾ ਸਵਾਦ ਆਉਂਦਾ ਆ ਨੱਕੇ ਲੱਗੇ ਜਨਾਬ ਇੰਝ ਪਾਣੀ ਮੋੜਦੇ ਰਹੇ ਜੱਟ ਇਹ ਕਹਿਣ ਨੂੰ ਜਾ ਰਿਹਾ ਜਨਾਬ ਇਹ ਕਹਿਣ ਨੂੰ ਜਾ ਰਿਹਾ ਲਓ ਜੀ ਬਾਈ ਜੀ ਬੜੀ ਜੱਦੋ ਜੋਹਦ ਦੇ ਨਾਲ ਮਿਹਨਤ ਕਰਦਿਆਂ ਹੋਇਆਂ ਅਸੀਂ ਪਹੁੰਚੇ ਜੀ ਅੰਬ ਦੇ ਬੂਟੇ ਦੇ ਕੋਲ ਆਪਾਂ ਜ਼ੂਮ ਕਰਕੇ ਜਨਾਬ ਬਾਈਕ ਨੂੰ ਦਿਖਾਉਂਦੇ ਜਨਾਬ ਕਿੰਨਾ ਸਫ਼ਰ ਕੀਤਾ ਜਨਾਬ ਸਾਹਮਣੇ ਬਾਈਕ ਖੜੀ ਆ ਹਾਂ ਜੀ ਦੇਖੋ ਜੀ ਤੁਹਾਨੂੰ ਸਾਡੀ ਬਾਈਕ ਨਜ਼ਰ ਆ ਰਹੀ ਹੋਣੀ ਆ ਹੋਰ ਜ਼ੂਮ ਕਰੋ ਕਿਉਂਕਿ ਸੂਰਜ ਦੀ ਰੋਸ਼ਨਾਈ ਪੈਂਦੀ ਉਧਰ ਲੇਕਿਨ ਤੇ ਬਹੁਤ ਜ਼ਿਆਦਾ ਦੂਰ ਆ ਦੂਰੀ ਬਹੁਤ ਆ ਉਹ ਸਾਹਮਣੇ ਖੜੀ ਹੈ ਬਿਲਕੁਲ ਜੀ ਲਓ ਜੀ ਬਾਈ ਜੀ ਹੁਣੀ ਦਿਖਾਉਣਾ ਅਸੀਂ ਸਾਨੂੰ ਅੰਬ ਨਾਲ ਅਸੀਂ ਵੇਖ ਲਈਆਂ ਖਜੂਰਾਂ ਤੇ ਨਾਲੇ ਲੱਗੇ ਅਨਾਰ ਅਨਾਰ ਲੱਗਦੇ ਆ ਜੀ ਪਹਿਲਾਂ ਲੱਗਿਆ ਜੀ ਫੁੱਲ ਇਹਨਾਂ ਨੂੰ ਇਸ ਤਰ੍ਹਾਂ ਦੇ ਫੁੱਲ ਲੱਗੇ ਹੋਏ ਮਾਸ਼ਾਅੱਲਾ ਬੜੇ ਖੂਬਸੂਰਤ ਲੱਗਦੇ ਨੇ ਤੇ ਫਿਰ ਬਣਦੇ ਅਨਾਰ ਇਹਨਾਂ ਦੇ ਤੇ ਅੱਜ ਦੇਖੋ ਜੀ ਅਨਾਰ ਵੀ ਲੱਗੇ ਹੋਏ ਨੇ ਹਾਂਜੀ ਇਹ ਪਾਣੀ ਅੱਛਾ ਜੀ ਆਖਰਕਾਰ ਅਸੀਂ ਮਰੂਦ ਦੇ ਬੂਟੇ ਦੇ ਕੋਲ ਹੁੰਦੇ ਆ ਪਹੁੰਚ ਗਏ ਜੀ ਅੰਬ ਦੇ ਕੋਲ ਜਾਮਣ ਜਨਾਬ ਜਾਮਣ ਆ ਜੀ ਬੜੇ ਫਾਇਦੇ ਵਾਲੀ ਹੁੰਦੀਆਂ ਜੀ ਬੂਟ ਲੱਗਾ ਹੋਇਆ ਹੋਰ 3 ਮਹੀਨਿਆਂ ਤੱਕ ਜੀ ਜਾਮਣਾ ਪੱਕ ਕੇ ਤਿਆਰ ਹੋ ਜਾਣੀਆਂ ਅੱਛਾ ਬਾਈ ਜੀ ਦੱਸਦੇ ਨੇ ਕਿ ਐਸਾ ਅੰਬ ਨੂੰ ਬੜੇ ਅੰਬ ਲਾਦੇ ਤੇ ਬੜੇ ਖਾਣ ਵਾਲੇ ਬੜੇ ਮਿੱਠੇ ਅੰਬ ਹੁੰਦੇ ਸੀ ਅੱਛਾ ਬਾਈ ਜੀ ਆਹ ਤੁਹਾਡੇ ਐਸਾ ਅੰਬ ਨੂੰ ਤੇ ਮਾਸ਼ਾਅੱਲਾ ਬੜਾ ਫਲ ਲੱਗਾ ਹੋਇਆ ਅੱਛਾ ਥੋੜਾ ਲੱਗਾ ਕਿ ਸੁੱਕ ਗਿਆ ਨਾ ਜੀ ਅੰਬ ਲੱਗੇ ਹੋਏ ਨੇ ਜਿਹੜੇ ਕਿ ਸ਼ਹਿਰਾਂ 'ਚ ਵੀ ਜਾਂਦੇ ਨੇ ਦੇਖੋ ਬਾਈ ਜੀ ਅਸਲ ਜਿਹੜਾ ਨਾ ਪਾਣੀ ਲੱਗਦਾ ਹੋਇਆ ਤੁਹਾਨੂੰ ਦਿਖਾਉਂਦੇ ਆ
ਵੀ ਇਹ ਛੋਟੀ ਜਿਹੀ ਟੂਬਲੀ ਦਾ ਪਾਣੀ ਆ ਅਤੇ ਬੜਾ ਜਿਹਾ ਪਾਣੀ ਆ, ਇੰਨਾ ਸਾਡਾ ਨਹਿਰੀ ਪਾਣੀ ਹੁੰਦਾ ਹੈ ਜੀ। ਪਾਣੀ ਲੱਗ ਰਿਹਾ ਬਾਈ ਉਹਨਾਂ ਦੇ ਡਿੱਗੇ ਹੋਏ ਅੰਬ ਜੀ, ਖੁਸ਼ਕੀ ਖਰਾਬ ਕਰ ਦਿੰਦੇ ਆ। ਹਾਂਜੀ ਬਾਈ ਜੀ, ਇਹ ਬਾਈ ਜੀ ਪਾਣੀ ਇੱਧਰੋਂ ਆ ਰਿਹਾ। ਹਾਂਜੀ ਪਲੰਟਰ ਹੋਇਆ, ਲਓ ਬਾਈ ਜੀ ਆਪਾਂ ਹੁਣ ਚੱਲਦੇ ਹਾਂ ਵਾਪਸ, ਛਾਵਾਂ ਹੋ ਗਈਆਂ ਅਤੇ ਸੂਰਜ ਗਰੂਬ ਹੁੰਦਾ ਹੋਇਆ। ਲੈ ਵੀ ਸੱਜਣੋ ਅਤੇ ਮਿੱਤਰੋ, ਆਖਿਰਕਾਰ ਤੁਹਾਨੂੰ ਅਸੀਂ ਅੰਬ ਦਾ ਬੂਟਾ ਦਿਖਾ ਦਿੱਤਾ, ਅਸੀਂ ਹੁਣ ਚੱਲਦੇ ਹਾਂ ਵਾਪਸ, ਸਫ਼ਰ ਕਰੀਏ ਘਰ ਦਾ ਅਤੇ ਫਿਰ ਮਿਲਦੇ ਹਾਂ ਅਗਲੇ ਇੱਕ ਨਵੇਂ ਵਲੋਗ ਦੇ ਨਾਲ। ਅਤੇ ਅੱਲਾ ਦੇ ਹਵਾਲੇ ਹੈ ਜੀ ਸਾਡਾ ਵੀਰ ਮਜ਼ਰ ਜੱਟ, ਅਤੇ ਜ਼ਰੂਰ ਦੱਸਣਾ ਵੀ ਕਿੰਝ ਲੱਗਾ ਜਨਾਬ ਪਲੰਟਰ ਹੋਇਆ। ਅੱਛਾ ਬਾਈ ਜੀ, ਅੱਜ ਤੁਹਾਨੂੰ ਫਿਰ ਅਸੀਂ ਆਖਿਰਕਾਰ ਅੰਬ ਦਾ ਬੂਟਾ ਵੀ ਦਿਖਾਇਆ, ਜ਼ਮੀਨ ਦੇ ਵੀ ਦਿਖਾਇਆ ਪਲੰਟਰ ਹੋਇਆ, ਨਰਮਾ ਵੀ ਦਿਖਾਇਆ ਅਤੇ ਪਾਣੀ ਲੱਗਦਾ ਹੋਇਆ, ਵੀ ਟੂਬਲ ਦਾ ਵਿਊ ਕਰਵਾਇਆ ਤੁਹਾਨੂੰ। ਅਤੇ ਵੀਡੀਓ ਅੱਛੀ ਲੱਗੀ ਹੋਵੇ ਸ਼ੇਅਰ ਵੀ ਕਰ ਦੇ, ਕਮੈਂਟ ਵੀ ਕਰਿਆ ਜੇ, ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਆ ਜੇ। ਅਤੇ ਰਹਿੰਦੀਆਂ ਗੱਲਾਂ ਜਿਹੜੀਆਂ ਅਸੀਂ ਇਨਸ਼ਾਅੱਲਾ ਅਗਲੇ ਨੈਕਸਟ ਆਪਣੇ ਨਵੇਂ ਵਲੋਗ ਦੇ ਨਾਲ ਆਵਾਂਗੇ, ਉਹਦੇ ਵਿੱਚ ਤੁਸੀਂ ਸਾਨੂੰ ਦੱਸਣਾ ਆ ਕਿ ਕਿਵੇਂ ਸਾਡਾ ਲੱਗਾ ਆ। ਅਤੇ ਅੱਲਾ ਦੇ ਹਵਾਲੇ, ਤੁਹਾਡਾ ਅਤੇ ਮੇਰਾ ਅੱਲਾ ਨਿਗਹਿਬਾਨ।